ਸਾਰੇ ਭਗਤਾਂ ਨੂੰ ਜੈ ਭੋਲੇ ਦੀ। ਅੱਜ ਸ਼ਿਵਰਾਤਰੀ ਦਾ ਮੌਕਾ ਹੈ ਅਤੇ ਅਸੀਂ ਪ੍ਰਾਚੀਨ ਸ਼ਿਵ ਮੰਦਿਰ ਮਹਿਣਾ ਚੌਂਕ ਦੇ ਵਿੱਚ ਪਹੁੰਚੇ ਹਾਂ ਅਤੇ ਅੱਜ ਇੱਕ ਇਸ ਮੌਕੇ 'ਤੇ ਖਾਸ ਇੱਕ ਤੁਹਾਨੂੰ ਭਗਤਾਂ ਨਾਲ ਬੁਲਾਉਂਦੇ ਹਾਂ ਜਿਨ੍ਹਾਂ ਨੇ 5 ਕਲਾਸ਼ਾਂ ਦੀ ਯਾਤਰਾ ਕੀਤੀ ਹੋਈ ਹੈ। 5 ਕਲਾਸ਼ਾਂ ਦੀ ਯਾਤਰਾ ਬੜੀ ਦੁਰਲੱਭ ਹੁੰਦੀ ਹੈ ਅਤੇ ਅਸੀਂ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ, ਤੁਹਾਨੂੰ ਗੱਲਬਾਤ ਕਰਾਉਂਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਯਾਤਰਾ ਕਿਸ ਕਿਸ ਤਰ੍ਹਾਂ ਤੋਂ ਕੀਤੀ। ਸਭ ਤੋਂ ਪਹਿਲਾਂ ਦੀ ਜੈ ਭੋਲੇ, ਹਰ ਮਹਾਂਦੇਵ, ਜੈ ਸ਼ੰਕਰ ਕੀ। ਸ਼ਿਵਰਾਤਰੀ ਦਾ ਬਹੁਤ ਬਹੁਤ ਸ਼ੁਭਕਾਮਨਾ ਤੁਹਾਨੂੰ, ਸਾਰੇ ਬਠਿੰਡਾ ਵਾਸੀਆਂ ਨੂੰ ਪੂਰੀਆਂ ਭੋਲੇ ਦੀਆਂ ਸ਼ੁਭਕਾਮਨਾਵਾਂ ਜੀ। ਚਲੋ, ਅੱਜ ਤੁਸੀਂ ਮੰਦਿਰ 'ਚ ਵਧੀਆ ਮੌਕੇ 'ਤੇ ਮਿਲ ਗਏ ਜੀ ਅਤੇ ਅੱਜ ਭਗਤਾਂ ਨੂੰ ਤੁਸੀਂ ਦਰਸ਼ਨ ਕੀਤੇ ਆ, ਥੋੜ੍ਹਾ ਜਿਹਾ ਉਹ ਯਾਤਰਾ ਬਾਰੇ ਦੱਸ ਵੀ ਦਈਏ। ਤੁਸੀਂ, ਮੈਂ ਸੁਣਿਆ 5 ਕਲਾਸਾਂ ਦੀ ਯਾਤਰਾ ਤੁਸੀਂ ਕੀਤੀ ਹੋਈ। ਹਾਂਜੀ ਹਾਂ, 5 ਕਲਾਸ ਦੀ ਯਾਤਰਾ ਬਹੁਤ ਵਧੀਆ ਯਾਤਰਾ ਹੈ, ਭੋਲੇ ਦੀ ਸਭ ਤੋਂ ਮਤਲਬ ਕਿ ਔਖੀਆਂ ਯਾਤਰਾ ਨੇ। ਦੁਰਲੱਭ ਵੀ ਬਹੁਤ, ਮਤਲਬ ਔਖੀ, ਬਹੁਤ ਜ਼ਿਆਦਾ ਔਖੇ ਜੀ। ਸਭ ਤੋਂ ਮਤਲਬ ਕਿ ਔਖੀ ਜਿਹਨਾਂ 5 ਕਲਾਸਾਂ ਵਿੱਚੋਂ, ਪਹਿਲਾਂ ਤਾਂ ਤੁਹਾਨੂੰ ਮੈਂ 5 ਕਲਾਸਾਂ ਦੇ ਨਾਮ ਦੱਸਦਾ ਜੀ। 5 ਕਲਾਸ ਮਾਨ ਸਰੋਵਰ ਕਲਾਸ ਜਿਹੜਾ ਮੇਨ ਹੈ ਜੀ, ਇੱਕ ਕਿੰਨਰ ਕਲਾਸ ਹੈ ਜੀ, ਇੱਕ ਸ਼੍ਰੀ ਖੰਡ ਮਹਾਂਦੇਵ ਹੈ, ਇੱਕ ਆਦੀ ਕਲਾਸ਼ ਹੈ ਜੀ, ਇੱਕ ਮਨੀਮਹੇਸ਼ ਕੈਲਾਸ਼ ਪਰਬਤ ਹੈ, ਇਹ 5 ਕਲਾਸ਼ ਹੈ ਜੀ। 5 ਕਲਾਸ਼ਾਂ ਦੀ ਯਾਤਰਾ ਬਹੁਤ ਵਧੀਆ ਹੈ, ਪਰ ਜਿਹੜੀ ਸਭ ਤੋਂ ਔਖੀ ਯਾਤਰਾ ਹੈ ਉਹ ਸ਼੍ਰੀ ਕਿੰਨਰ ਕਲਾਸ਼ ਜੀ ਦੀ ਹੈ। ਕਿੰਨਰ ਰਾਜਾ ਐਂ ਦੇਖੋ, ਸੋ ਜਮਾਂ ਸਿੱਧੀ ਚੜ੍ਹਾਈ ਹੈ, ਨਾ ਉੱਥੇ ਘੋੜਾ ਜਾਂਦਾ ਹੈ, ਨਾ ਖੱਚਰ ਹੈ, ਨਾ ਕੋਈ ਮਤਲਬ ਕਿ ਪਾਲਕੀ ਹੈ, ਅਤੇ ਬਸ ਤੁਹਾਡਾ ਸਮਾਨ ਆਪਣੇ ਲਿਆਉਣਾ ਹੈ, ਰਸਤੇ ਰਹਿਣ ਦਾ ਪ੍ਰਬੰਧ ਤੁਹਾਨੂੰ ਆਪ ਕਰਨਾ ਪੈਣਾ ਹੈਗਾ। ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਵੀ ਜਿਹੜਾ ਇਸ ਕਲਾ ਯਾਤਰਾ ਵਾਸਤੇ ਰਜਿਸਟ੍ਰੇਸ਼ਨ ਕਰਾਉਣਾ ਪੈਂਦਾ ਉਹ ਕਿਸ ਤਰ੍ਹਾਂ ਹੁੰਦਾ ਜੀ? ਮੈਂ ਸੁਣਿਆ ਜੀ ਬੜਾ ਔਖਾ ਹੁੰਦਾ, ਬੜੇ ਔਖੇ ਤਰੀਕੇ ਨਾਲ ਅਪਰੂਵ ਹੁੰਦਾ। ਕੋਈ ਜਿਹੜਾ ਵਿਰਲਾ ਹੀ ਭਗਤ ਆ ਜੀ ਅਤੇ ਸ਼ਿਵ ਜੀ ਦੀ ਕਿਰਪਾ ਹੋ ਜੇ, ਉਹੀ ਉੱਥੇ ਜਾ ਸਕਦਾ ਅਤੇ ਉਹਦੀ ਰਜਿਸਟ੍ਰੇਸ਼ਨ ਅਪਰੂਵ ਹੁੰਦੀ। ਹਾਂ ਜੀ ਹਾਂ, ਕਿਉਂ ਪਹਿਲਾਂ ਮਾਨਸੂਰ ਕਲਾਸ਼ਰ ਦੀ ਯਾਤਰਾ ਜੀ, ਆਪਣੇ ਤਾਂ ਹੁੰਦੀ ਇਧਰੋਂ ਹੁੰਦੀ ਨਹੀਂ ਸੀ, ਇਹ ਚੀਨ ਦੇ ਰਾਹੀਂ ਹੁੰਦੀ ਸੀ। ਮੈਂ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਹੈ ਜੀ? ਰਜਿਸਟ੍ਰੇਸ਼ਨ ਤਾਂ ਆਨਲਾਈਨ ਹੁੰਦੀ ਹੈ, ਆਨਲਾਈਨ ਗੌਰਮੈਂਟ ਕਰਦੀ ਹੈ ਵੀ ਯਾਤਰੀਆਂ ਨੂੰ ਕਿੰਨਾ ਕਿੰਨਾ ਕਰਾਉਣਾ ਹੈਗਾ, ਕਿੰਨੇ ਯਾਤਰੀ ਜਾਂਦੇ ਜੀ, ਬਹੁਤ ਲਿਮਿਟਡ ਯਾਤਰੀ ਜਾਂਦੇ ਜੀ। ਕੀ ਕਰਨਾ ਪੈਂਦਾ ਸਭ ਤੋਂ ਪਹਿਲਾਂ? ਪਹਿਲਾਂ ਆਪਾਂ ਨੂੰ ਯਾਤਰਾ ਦਾ ਰਜਿਸਟ੍ਰੇਸ਼ਨ ਕਰਾਉਣਾ ਪੈਂਦਾ ਜੀ, ਆਨਲਾਈਨ ਆ ਜਾਂਦੀ ਹੈ, ਉਹਨਾਂ ਦੇ ਫਾਰਮ ਆ ਜਾਂਦੇ ਜੀ, ਰਜਿਸਟ੍ਰੇਸ਼ਨ ਕਰਾਓ। ਹਾਂ, ਜਾਂ ਕੋਈ ਕੰਪਨੀਆਂ 'ਚ ਕੰਪਨੀਆਂ ਨਾਲ ਜੁੜੇ ਹੋਏ, ਕੰਪਨੀ ਵਾਲੇ ਆਪਣੇ ਕਰਾਉਣਗੇ ਤੁਹਾਨੂੰ ਵੀਜ਼ਾ ਵਗੈਰਾ, ਉਹਨਾਂ ਨੇ ਲਵਾਉਣਾ ਹੈਗਾ, ਉਹ ਪੈਸੇ ਜ਼ਿਆਦਾ ਖਰਚ ਆਉਂਦੇ ਜੀ। ਪਰ ਹੁਣ ਆਪਣਾ ਇੱਧਰੋਂ ਇਸ ਵਾਰੀ ਮਤਲਬ ਕਿ ਆਦੀ ਕਲਾਸ ਤੋਂ ਯਾਤਰਾ ਨਵੀਂ ਖੁੱਲ੍ਹੀ ਹੈ, 2024 ਦੇ ਵਿੱਚ ਕਹਿੰਦੇ ਆ ਇੱਥੇ ਯਾਤਰਾ ਖੁੱਲੂਗੀ। ਕਹਿੰਦੇ ਅਪਰੂਵ ਬੜੀ ਮੁਸ਼ਕਲਾਂ ਹੁੰਦੀਆਂ ਕਿਸੇ ਕਿਸੇ ਦੀ, ਕੀ ਕੁਛ ਦੇਖਿਆ ਜਾਂਦਾ ਉਹਦੇ ਵਿੱਚ ਫਿਜ਼ੀਕਲੀ ਵਗੈਰਾ? ਸਰ ਆਪਣਾ ਫਿਟਨੈਸ ਟੈਸਟ ਕਰਦੇ, ਇੱਕ ਤਾਂ ਇੱਕ ਆਪਣੇ ਦੇ ਰਹੇ ਸਰੀਰ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਸਕਦੀ ਨਾ, ਕੋਈ ਬੀਪੀ ਦੀ ਜਾਂ ਕੋਈ ਪ੍ਰੋਬਲਮ ਉੱਤੇ, ਕੋਈ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਗੀ? ਆਕਸੀਜਨ ਦੀ ਹੁਣ ਮਾਨਸਰ ਕਲਾਸ ਪਰ ਪਤਾ ਜੀ, ਉੱਥੇ ਆਕਸੀਜਨ ਨਾਲ ਲਿਆਉਣੀ ਪੈਂਦੀ ਹੈ, ਤੁਹਾਨੂੰ ਸਿਲੰਡਰ ਦੇ ਦੇਣਗੇ ਜੇ ਆਕਸੀਜਨ ਨਾਲ ਲਿਆਉਂਗੇ ਜੀ ਤੁਹਾਨੂੰ। ਹਾਂ ਹਾਂ, ਉੱਥੋਂ ਦਿੰਦੇ ਜੀ, ਗੌਰਮੈਂਟ ਆਪਣੇ ਅਰੇਂਜਮੈਂਟ ਕੀਤਾ ਉਹਨਾਂ ਨੇ ਵੀ ਤੁਹਾਨੂੰ ਦਿਓਗੇ ਤੁਸੀਂ, ਉਹ ਤੁਹਾਨੂੰ ਆਕਸੀਜਨ ਦੇਣਗੇ ਨਾਲ, ਜੇ ਤੁਹਾਨੂੰ ਦਿੱਕਤ ਲੱਗੂਗੀ ਤੁਸੀਂ ਉਹ ਸਿਲੰਡਰ ਲਾ ਸਕਦੇ ਹੋ, ਕੋਈ ਦਿੱਕਤ ਨਹੀਂ ਆਉਣੀ। ਪਰ ਐਂ ਵੀ ਯਾਤਰਾ ਮਾਨਸਰੋਵਰ ਦੀ ਹੈ, ਉਹ 3 ਦਿਨਾਂ ਦੀ ਯਾਤਰਾ, ਉਹ ਵੀ ਔਖੀ ਹੈ ਯਾਤਰਾ, ਪੂਰੀ ਕੈਲਾਸ਼ ਪਰਬਤ ਦੀ ਪਰਿਕਰਮਾ। ਸ਼ੁਰੂ ਕਿੱਥੋਂ ਦੀ ਯਾਤਰਾ ਦੀ ਯਾਤਰਾ ਆਪਾਂ ਗੱਲ ਕਰੀਏ? ਸ਼ੁਰੂ ਤਾਂ ਜੀ ਆਪਣਾ ਇੰਡੀਆ 'ਚੋਂ ਹੀ ਮੰਨੀਏ ਤਾਂ, ਪਰ ਜਾਣਾ ਤਿੱਬਤ ਹੋ ਕੇ ਹੀ ਚੀਨ ਹੋ ਕੇ ਜਾਣਾ ਪੈਂਦਾ ਹੈਗਾ, ਕਿਉਂ ਬਾਰਡਰ 'ਤੇ ਆ ਗਏ ਨਾ ਜੀ, ਚੀਨ ਦੇ ਵਿੱਚ ਆ ਗਿਆ ਹੁਣ ਕੈਲਾਸ਼ ਪਰਬਤ। ਜਿਹੜੇ ਦੂਜੇ ਨੇਗੇ ਉਹ ਆਪਣੇ ਇੰਡੀਆ 'ਚ ਹੀ ਨੇਗੇ ਚਾਰੇ, ਜਿਵੇਂ ਸਾਰਿਆਂ ਨੇ ਅੱਡ ਅੱਡ ਕਰਾਉਣੀ ਪੈਂਦੀ ਰਜਿਸਟ੍ਰੇਸ਼ਨ ਕਿ ਇਕੱਠੇ? ਹਾਂ, 1 ਸਾਲ ਤਾਂ ਆਪਾਂ ਕਹਿੰਦੇ ਹੋ ਨਹੀਂ ਸਕਦੀ ਯਾਤਰਾ ਇਹ। ਮੈਂ ਮਤਲਬ ਕਿ 15-16 ਸਾਲ ਦਾ ਜੁੜਿਆ ਮੈਂ ਜੀ, ਇੱਦੋਂ ਪਹਿਲਾਂ ਅੱਧੀ ਕਲਾਸ ਦੀ 3 ਸਾਲ ਹੋ ਗਏ, ਯਾਤਰਾ ਨਹੀਂ ਖੁੱਲ੍ਹੀ ਸੀ। ਪਹਿਲਾਂ ਤੁਸੀਂ ਕਿਹੜੀ ਯਾਤਰਾ ਕੀਤੀ ਸੀ? ਪਹਿਲਾਂ ਤੁਸੀਂ, ਮੈਂ ਸਭ ਤੋਂ ਪਹਿਲਾਂ ਮਨੀਮਹੇਸ਼ ਦੀ ਯਾਤਰਾ ਖੋਲ੍ਹੀ ਸੀ, ਮਨੀਮਹੇਸ਼ ਦੀ। ਉਸ ਤੋਂ ਬਾਅਦ ਮੈਂ ਕੀਤੀ ਜੀ, ਉਸ ਤੋਂ ਬਾਅਦ ਮੈਂ ਕੀਤੀ ਜੀ ਆਪਣਾ ਸ਼੍ਰੀ ਖੰਡ ਮਹਾਂਦੇਵ। ਹਾਂ, ਅਤੇ ਇੱਕ ਮੈਂ ਕੀਤੀ ਸ਼੍ਰੀ ਮਾਨਸਰੋਵਰ ਕੈਲਾਸ਼ ਪਰਬਤ, ਉਸ ਤੋਂ ਬਾਅਦ ਕੀਤੀ ਕਿੰਨਰ ਕੈਲਾਸ਼। ਕਿੰਨਰ ਕੈਲਾਸ਼ ਦੀ ਯਾਤਰਾ ਬਸ ਤੁਸੀਂ ਐਂ ਸਮਝ ਲਓ, ਜੇ ਅਮਰਨਾਥ ਜਾਣਾ ਤੁਸੀਂ 5 ਵਾਰੀ ਲਗਾਤਾਰ ਅਮਰਨਾਥ ਦੀ ਯਾਤਰਾ ਕਰਕੇ ਵਾਪਸ ਆ ਜਾਓ, ਇੰਨੀ ਔਖੀ ਆਈ ਕਿੰਨਰ ਕੈਲਾਸ਼ ਇੱਕ ਵਾਰ ਛੂਗਾ। ਹਾਂ, ਹੁਣ ਅਸੀਂ ਕੀਤੀ ਐਂ ਸੁਣਿਆ ਸੀ ਮੈਂ, ਕਿਉਂਕਿ ਅਮਰਨਾਥ ਮੈਂ ਖੁੱਲ ਗਿਆ, ਕਹਿੰਦੇ ਅਮਰਨਾਥ ਬਹੁਤ ਜ਼ਿਆਦਾ। ਅਮਰਨਾਥ ਜੀ ਮੈਂ 18-19 ਵਾਰੀ ਜਾਇਆ ਜੀ,
ਅਮਰਨਾਥ ਦਾ ਮਤਲਬ ਕਿ ਲੋਕਲ ਯਾਤਰਾ ਕਹਿ ਦੀ ਆਪਾਂ ਉਵੇਂ ਲੱਗਦੀ ਹੈ। ਜਦੋਂ ਤੁਸੀਂ ਕਿੰਨਰ ਕਲਾਸ ਜਾਏ ਫਿਰ ਤਾਂ ਲੱਗਦਾ ਵੀ ਜਿਵੇਂ ਤੁਸੀਂ ਕਿਹਾ ਕਿ ਪੰਜ ਵਾਰੀ ਕਿੰਨਰ ਕਲਾਸ ਜਾਏ ਬੰਦਾ ਬਸ ਚਲਾਈ, ਉਹ ਸਿਰਫ ਭੋਲੇ ਦੀ ਹੀ ਕਿਰਪਾ ਨਾਲ ਜਾ ਸਕਦਾ ਬੰਦਾ, ਐਂ ਆਪਾਂ ਕਹਿ ਦੀ ਵੀ ਐਂ ਬਗਜੂ ਬੰਦਾ ਨਹੀਂ ਜਾ ਸਕਦਾ ਗਾ ਹੈਂ। ਅਤੇ ਹੁਣ ਪਹਿਲੀ ਵਾਰ ਗਏ ਸੀ ਅੱਧੀ ਕਲਾਸ, ਪਹਿਲੀ ਵਾਰ 12 ਤਰੀਕ ਮੋਦੀ ਗਏ, ਅਕਤੂਬਰ 'ਚ ਅਸੀਂ 14 ਨੂੰ ਗਏ, ਬਹੁਤ ਵਧੀਆ ਯਾਤਰਾ ਸੀ। ਇੱਦੂ ਪਹਿਲਾਂ ਇਹ 17 ਦਿਨਾਂ 'ਚ ਹੁੰਦੀ ਸੀ ਯਾਤਰਾ, ਜਿਹੜੀ ਅੱਧੀ ਕਲਾਸ ਦੀ ਯਾਤਰਾ ਹੈਗੀ ਇਹ 17 ਦਿਨਾਂ 'ਚ ਹੁੰਦੀ ਸੀਗੀ, ਅਤੇ ਇਸ ਪਿਛਲੇ ਸਾਲ ਹੀ ਖੁੱਲ੍ਹੀ ਹੈ, ਫਿਰ 2-3 ਦਿਨਾਂ ਦੇ ਵਿੱਚ ਯਾਤਰਾ ਆਪਣੀ ਕੰਪਲੀਟ ਹੋ ਜਾਂਦੀ ਹੈਗੀ। ਬਹੁਤ ਵਧੀਆ ਯਾਤਰਾ ਅੱਧੀ ਕਲਾਸ ਦੀ, ਮੈਂ ਕਹਿੰਦਾ ਮੈਨੂੰ ਇੰਨਾ ਵਿਸ਼ਵਾਸ ਹੈ ਵੀ ਅੱਧੀ ਕਲਾਸ ਤਾਂ ਬਠਿੰਡੇ ਦੇ ਸਾਰੇ ਬੰਦੇ ਹੀ ਜਾ ਸਕਦੇ ਨੇ, ਸਾਰੇ ਭਗਤ ਜਾ ਸਕਦੇ ਭੋਲੇ ਦੇ। ਤੋ ਅਮਰਨਾਥ ਦੀ ਯਾਤਰਾ ਦਾ ਮਤਲਬ ਕਿ ਜੇ ਬਾਲਤਾਲ ਜਾਈਏ ਤਾਂ 13-14 ਕਿਲੋਮੀਟਰ ਦੀ ਹੈ, ਇਹ ਸਾਰੀ 3 ਕਿਲੋਮੀਟਰ ਦੀ ਯਾਤਰਾ ਹੀ ਪੈਦਲ ਆ, ਔਰ ਬਹੁਤ ਵਧੀਆ ਪਹਿਲਗਾਮ 'ਚ ਆਇਆ ਨਾ ਹੈ, ਪਹਿਲਗਾਮ ਤੋਂ 36 ਕਿਲੋਮੀਟਰ ਆਈ, ਪਹਿਲਗਾਮ ਤੋਂ 36 ਕਿਲੋਮੀਟਰ ਆਈ ਹੈ। ਕਹਿੰਦੇ ਜਿਹੜੇ ਆ ਪੰਜ ਕਲਾਸ ਇਹਨਾਂ ਦੇ ਭੋਲੇਨਾਥ ਖੁਦ ਅਤੇ ਵਰਜ, ਤੁਸੀਂ ਜਾਓਗੇ ਤੁਹਾਨੂੰ ਮਹਿਸੂਸ ਹੋਊਗਾ। ਹੁਣ ਤੁਸੀਂ ਮਾਨਸੋਰ ਕਲਾਸ ਪਰਬਤ ਚਲੇ ਗਏ, ਤੁਸੀਂ ਉੱਥੇ ਭੋਲੇ ਦੇ ਜੈਕਾਰੇ ਲਾਓਗੇ, ਭੋਲੇਨਾਥ ਜੀ ਸਾਹਮਣੇ ਤੁਹਾਨੂੰ ਦਰਸ਼ਨ ਦਿੰਦੇ ਆ, ਤੁਸੀਂ ਮੇਰੇ ਵਟਸਐਪ 'ਤੇ ਦੇਖੋ ਜਮਾਂ ਬਰੋਬਰ ਕਲਾਸ ਪਰਬਤ ਦੀ ਫੋਟੋ ਹੈ ਨਾਲ, ਤੁਹਾਨੂੰ ਉੱਪਰ ਹੱਥ ਕਰੋਗੇ ਨਾ ਤੁਹਾਨੂੰ ਐਂ ਲੱਗੂ ਮਹਿਸੂਸ ਵੀ ਜਿਵੇਂ ਮੇਰੇ ਹੱਥ ਕੋਈ ਉੱਪਰ ਖਿੱਚਦਾ ਹੁੰਦਾ, ਇਹੀ ਸ਼ਕਤੀ ਹੈ। ਹਾਂ ਤੁਹਾਨੂੰ ਮਹਿਸੂਸ ਹੋਊਗੀ, ਮੇਰੇ ਕਹਿਣ ਨਾਲ ਨਹੀਂ, ਜਿਹੜੇ ਬੰਦੇ ਜਾਣ ਉਹਨਾਂ ਨੂੰ ਪੁੱਛ ਲਓ, ਜੇ ਜਾ ਕੇ ਆਏ ਤੁਹਾਨੂੰ ਮਹਿਸੂਸ ਹੋ ਵੀ ਕੋਈ ਚੀਜ਼ ਹੈ, ਕੋਈ ਅਜਿਹੀ ਸ਼ਕਤੀ ਹੈ ਉੱਥੇ, ਬਿਲਕੁਲ ਤੁਹਾਨੂੰ ਮਤਲਬ ਐਂ ਲੱਗੂ ਵੀ ਵਾਕਈ ਕੋਈ ਸ਼ਕਤੀਆਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਹੈਗੇ, ਇੱਦਾਂ ਦਾ ਸਾਰਾ ਤੁਸੀਂ ਛੱਡ ਜਾਓਗੇ ਇੱਥੋਂ ਆਪਣਾ। ਹੋਰ ਕੀ ਕੁਝ ਦੇਖਣ ਨੂੰ ਹੈਗਾ ਉੱਥੇ ਆਪਾਂ, ਚਲੋ ਜਾ ਨਹੀਂ ਸਕੇ ਜਿਹੜੇ ਨਹੀਂ ਜਾ ਸਕੇ ਉਹਨਾਂ ਨੂੰ ਦੱਸ ਦਿਓ ਕਿ ਇਹ ਕਿਸ ਤਰ੍ਹਾਂ ਦਾ ਮਾਹੌਲ ਆ, ਕੋਈ ਚੀਜ਼ ਹੈ ਹੀ ਨਹੀਂ ਜੀ ਕੈਲਾਸ਼ ਪਰਬਤ ਉੱਤੇ, ਕੋਈ ਚੀਜ਼ ਨਹੀਂ, ਬਰਫ਼ ਬਹੁਤ ਜ਼ਿਆਦਾ ਹੈ, ਬਰਫ਼ ਤਾਂ ਸਾਰੇ ਪਾਸੇ ਆਈ, ਬਰਫ਼ ਤਾਂ ਅਮਰਨਾਥ ਜਿੰਨੇ ਅਮਰਨਾਥ ਵੀ ਹੈਗੀ, ਕੈਲਾਸ਼ ਪਰਬਤ ਤਾਂ ਹੋਣੀ ਹੋਣੀ ਭੋਲੇ ਨਾਲ। ਟੈਂਪਰੇਚਰ ਦੀ ਗੱਲ ਕਰੀਏ ਕਿ ਨਾ, ਟੈਂਪਰੇਚਰ ਆ ਵੀ ਠੰਡ ਬਹੁਤ ਜ਼ਿਆਦਾ, ਮੈਨਸ ਆਈ, ਹਾਂ ਟੈਂਪਰੇਚਰ ਮੈਨਸ ਚਾਹੀ। ਅੱਛਾ ਇਹਦੇ ਵਿੱਚ ਕੋਈ ਉਮਰ ਲਿਮਿਟ ਵੀ ਹੁੰਦੀ ਆ ਵੀ ਏਜ ਲਿਮਿਟ ਤੋਂ ਜਾ ਸਕਦਾ ਕਿ? ਹਾਂ ਜੀ ਉਮਰ ਲਿਮਿਟ ਹੈਗੀ ਹੈ ਉਹਨਾਂ ਦੀ, ਹਾਂ 50-55 ਸਾਲ ਤੱਕ ਉਹਨੇ, ਪਿਛਲੀ ਵਾਰ ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਕਿਹਾ ਸੀ ਇਦੋਂ ਬਾਅਦ ਨਹੀਂ ਜਾ ਸਕਦੇ ਬੰਦੇ। ਬਸ ਪਹਿਲੇ ਜਦੋਂ ਉੱਥੇ ਗਏ ਕੈਲਾਸ਼ ਪਰਬਤ 'ਤੇ ਤਾਂ ਕਿੰਨੀ ਤੁਹਾਡੀ ਉਮਰ ਸੀ, ਕਿੰਨੀ? ਮੈਂ ਹੀ ਤੁਸੀਂ ਐਨ ਸਾਹਿਬ ਲਾ ਲਓ ਮੇਰੇ ਸਿਰ 43-44 ਸਾਲ ਦੀ ਉਮਰ ਸੀ ਜੀ, ਭੋਲੇਨਾਥ ਨੂੰ ਬੁਲਾ ਲਿਆ, ਬਹੁਤ ਮੈਂ ਕਹਿੰਦਾ ਜੀ ਭੋਲੇਨਾਥ ਦੀ ਕਿਰਪਾ, ਪੂਰੀ ਕਿਰਪਾ ਹੋਈ ਹੈ ਜੀ, ਮੈਂ ਸੋਚ ਨਹੀਂ ਸਕਦਾ ਜੀ ਮੈਂ ਪਹੁੰਚ ਸਕਦਾ ਜੀ, ਜੇ ਹੁਣ ਮੈਂ ਜਾਣ ਬਾਰੇ ਸੋਚਾਂ ਤਾਂ ਮੈਂ ਸੋਚ ਨਹੀਂ ਸਕਦਾ, ਜਾਣਾ ਤਾਂ ਦੂਰ ਦੀ ਗੱਲ ਆਈ, ਕਿੰਨੇ ਕਲਾਸ ਤੱਕ ਮੈਂ ਜਾ ਹੀ ਨਹੀਂ ਸਕਦਾ ਜੀ, ਇੰਨੀ ਮਤਲਬ ਕਿ ਭੋਲੇ ਦੀ ਕਿਰਪਾ ਹੋਈ ਹੈ ਬਸ ਜੀਵਨ ਸਫਲ ਹੋ ਗਿਆ। ਹਾਂ ਮੈਂ ਕਹਿੰਦਾ ਪਰਮਾਤਮਾ ਦੀ ਕਿਰਪਾ, ਮੈਂ ਹੀ ਭੋਲੇ ਅੱਗੇ ਅਰਦਾਸ ਕਰਦਾ ਵੀ ਸਾਰੇ ਬਠਿੰਡੇ ਦੇ ਆਪਣੇ ਵਾਸੀ ਇੱਕ ਵਾਰੀ ਅੱਧੀ ਕਲਾਸ ਜਾ ਕੇ ਆਉਣ, ਹਾਂ ਮਨ 'ਚ ਮੇਰੀ ਸ਼ਰਧਾ ਹੈਗੀ ਵੀ ਇੱਕ ਵਾਰੀ ਅੱਧੀ ਕਲਾਸ ਜਾਣ, ਔਰ ਬੜੀ ਸੌਖੀ ਯਾਤਰਾ, ਬੜੇ ਆਰਾਮ ਨਾਲ ਜਾ ਸਕਦੇ ਆ, ਇਨਵੀ ਨਹੀਂ ਪਰ ਟਾਈਮ ਕੱਢਣਾ ਪਊਗਾ। ਹਰ ਹਰ ਮਹਾਦੇਵ, ਜੈ ਸ਼ੰਕਰ। ਤਾਂ ਇਹ ਸੀ ਸੁਰਿੰਦਰ ਜੀ ਜਿਹਨਾਂ ਨੇ 5 ਕਲਾਸਾਂ ਦੀ ਯਾਤਰਾ ਕੀਤੀ ਹੋਈ ਹੈ, ਤਾਂ ਬਹੁਤ ਹੀ ਕੋਈ ਵਿਰਲਾ ਹੁੰਦਾ, ਬਹੁਤ ਹੀ ਔਖੀ ਰਜਿਸਟ੍ਰੇਸ਼ਨ ਹੁੰਦੀ ਹੈ, ਬਹੁਤ ਔਖਾ। ਪੰਜਾਬ 'ਚ ਤੁਸੀਂ ਪਹਿਲੇ ਦੱਸਣਾ ਭੁੱਲ ਗਏ? ਹਾਂ ਪੰਜਾਬ 'ਚੋਂ ਪਹਿਲਾਂ ਮੈਨੂੰ ਆਏ ਸੀ ਬਠਿੰਡੇ 'ਚੋਂ ਹੀ ਪਹਿਲਾਂ, ਪਰ ਹੁਣ ਪਤਾ ਲੱਗਿਆ ਸੀ, ਪਤਾ ਕੀਤਾ ਸਾਨੂੰ ਪੰਜਾਬ 'ਚੋਂ 5 ਕਿਸੇ ਨੇ ਨਹੀਂ ਕੀਤੇ ਹੋਏ, ਪੰਜਾਬ 'ਚੋਂ ਪਹਿਲੀ ਆਪਾਂ ਭੋਲੇਨਾਥ ਦੀ ਕਿਰਪਾ ਹੋਣ ਵਾਲੀ ਹੈ। ਨਹੀਂ ਹਾਂ ਭੋਲੇ ਦੀ ਬਹੁਤ ਕਿਰਪਾ, ਤਾਂ ਹੀ ਕਹਿੰਦੇ ਵੀ ਪੰਜਾਬ 'ਚੋਂ ਆਪਾਂ ਪਹਿਲੀ ਉਹੀ ਕਰਨ ਵਾਲੇ ਭੋਲੇ ਦੀ ਜਿਹੜੀ ਕਿਰਪਾ ਹੋਈ ਆਪਣੀ। ਦੇਖੋ ਪੰਜਾਬ ਦੇ ਵਿੱਚ ਇਹ ਇਕੱਲੇ ਨੇ ਜਿਨ੍ਹਾਂ ਨੇ 5 ਕਲਾਸ਼ ਕੀਤੀ ਹੈ, ਕਿਸੇ ਨੇ 3 ਕੀਤੇ ਆ, 5 ਕਲਾਸ਼ਾਂ ਦੀ ਯਾਤਰਾ ਕੀਤੀ ਵੀ ਆ। ਪਹਿਲਾਂ ਤਾਂ ਇਹਨਾਂ ਨੂੰ ਐਸੀ ਕੱਲ ਬਠਿੰਡੇ ਵਿੱਚੋਂ ਮੈਂ ਕੀਤੀ ਹੈ, ਪਰ ਬਾਅਦ 'ਚ ਪਤਾ ਲੱਗਾ ਕਿ ਸਾਰੇ ਪੰਜਾਬ 'ਚੋਂ 5 ਕਲਾਸ਼ਾਂ ਦੀ ਯਾਤਰਾ ਕਿਸੇ ਨੇ ਕੀਤੀ ਵੀ, ਤਾਂ ਭੋਲੇਨਾਥ ਦੀ ਕਿਰਪਾ ਇਹਨਾਂ 'ਤੇ ਹੋਈ, 5 ਕਲਾਸ਼ਾਂ ਦੀ ਯਾਤਰਾ ਕੀਤੀ, ਤਾਂ ਤੁਹਾਨੂੰ ਸਾਰਾ ਕੁਝ ਦੱਸਿਆ ਅਤੇ ਕਿੱਥੇ ਕਿੱਥੇ ਜਾ ਸਕਦੇ ਹਾਂ ਤੁਹਾਨੂੰ ਇਹ ਵੀ ਜਾਣਕਾਰੀ ਦਿੱਤੀ। ਤਾਂ ਸਾਰੇ ਭਗਤਾਂ ਨੂੰ ਜੈ ਭੋਲੇਨਾਥ, ਮੈਂ ਦੇਵ ਕਰਨ, ਤੁਸੀਂ ਦੇਖ ਰਹੇ ਹੋ 5 ਪਾਣੀ TV। ਹਰ ਹਰ ਮਹਾਦੇਵ, ਹਰ ਹਰ ਮਹਾਦੇਵ।